ਇਲਾਕੇ ਦੇ ਸਾਰੇ 10 ਨੰਬਰੀ ਆਪਣੀ ਆਪਣੀ ਹਾਜ਼ਰੀ ਲਾਉਣ ਥਾਣੇ ਪਹੁੰਚ ਗਏ ਸਨ। ਤੂੰ ਥਾਣੇ ਕਿਉਂ ਨਹੀਂ ਆਇਆ? ਐਸ ਲਈ ਸਾਹਿਬ ਕਿ ਮੈਂ ਤੇਰੇ ਥਾਣੇ ਤੋਂ ਬਹੁਤ ਵੱਡੇ ਦਰਬਾਰ ਹਾਜ਼ਰੀ ਲਵਾਉਣ ਗਿਆ ਸਾਂ। ਤੂੰ ਗਵਰਨਰ ਹਾਊਸ ਗਿਆ ਸੈ? ਭੁਲਾ ਲਿਆ ਉਸ ਦਰਬਾਰ ਤੇ ਗਵਰਨਰ ਤੇ ਕੀ, ਬਾਦਸ਼ਾਹ ਵੀ ਟੱਕਰਾ ਮਾਰ ਮਾਰ ਕੇ ਆਪਣੇ ਲਈ ਬਾਦਸ਼ਾਹੀਆਂ ਲੱਭਦੇ ਨੇ। ਉਸ ਦਰਬਾਰ ਦੇ ਮਾਲਕ ਦਾ ਨਾਂ ਸਖੀ ਸਰਕਾਰ ਮਾਧੋ ਲਾਲ ਹੁਸੈਨੀ। ਉਸ ਪਾਕ ਹਸਤੀ ਦੇ ਦਰਬਾਰ ਤੇ ਕਿਸੇ ਨਵੇਂ ਜੁਰਮ ਵਿੱਚ ਕਾਮਯਾਬ ਹੋਣ ਦੀ ਤਾਂ ਮੰਗਣ ਗਿਆ ਸੀ? ਆਹੋ ਤਾਂ ਹੀ ਮੰਗਣ ਗਿਆ ਸਾਂ। ਕਹਿ ਪੀਰਾ, ਮੇਰੇ ਮੁਲਕ ਦੇ ਸਾਰੇ ਰਿਸ਼ਵਤਖੋਰ ਥਾਣੇ ਤਾਰ ਇੱਕੋ ਰਾਤ ਮੁੱਕ ਜਾ। ਆਪਣੇ ਗੁੱਸੇ ਨੂੰ ਅਕਲ ਦੇ ਕਾਬਲਿਆਂ ਕੱਚ ਕੇ ਰੱਖ ਥਾਣੇਦਾਰਾ, ਤੇ ਨਾਲੇ ਮੈਨੂੰ ਇੰਨਾ ਦੱਸ ਕਿ ਜੁਰਮ ਤੇ ਮੇਰਾ ਛੋਟਾ ਭਰਾ ਕਰਦਾ ਤੇ ਤੂੰ ਆਪਣੇ ਕਾਨੂੰਨ ਦੀ ਫਾਈਲ ਦਾ ਮੂੰਹ ਕਾਲਾ ਕਰਨ ਲਈ ਮੇਰਾ ਨਾਂ ਕਿਉਂ ਲਿਖਣਾ? ਇਸ ਲਈ ਕਿ ਤੇਰੇ ਮੋਢਿਆਂ ਤੇ ਸਜੇ ਫੁੱਲ ਉਹਦੀ ਦਹਿਸ਼ਤ ਦਾ ਭਾਰ ਨਹੀਂ ਚੁੱਕ ਸਕਦੇ। ਕਿਸੇ ਆਪਣੀ ਬੇਲਗਾਮ ਜ਼ਬਾਨ ਨੂੰ ਲਗਾਮ ਦੇ ਭਰਨ, ਕਦੀ ਹਾਜ਼ਰੀ ਲਾ। ਵੈਸੇ ਇਹ ਸ਼ਰੀਫ ਤੀਫੇ ਨੂੰ ਤੂੰ ਹਮੇਸ਼ਾ ਲਈ ਪਲਾਉਣਾ ਬਣਾ ਕੇ ਆਪਣੇ ਘਰ ਹੀ ਕਿਉਂ ਨਹੀਂ ਰੱਖ ਲੈਂਦਾ, ਤਾਂ ਕਿ ਰੋਜ਼ ਰੋਜ਼ ਦੀ ਹਾਜ਼ਰੀ ਲਵਾਉਣ ਦੀ ਖੇਚਲ ਹੀ ਮੁੱਕੇ? ਉਹ ਮੂੰਹ ਕਿਉਂ ਮੋੜ ਲਈ ਥਾਣੇਦਾਰਾ? ਉਹ ਮੈਂ ਤੈਨੂੰ ਮਸ਼ਵਰਾ ਦੇ ਚੱਲਿਆ, ਜੇ ਲੋੜ ਪਵੇ ਤੇ ਬੰਦਾ ਭੇਜ ਦੇ। ਉਹ ਮੈਂ ਮੰਜੀ ਬਿਸਤਰਾ ਲੈ ਕੇ ਤੇਰੇ ਕੋਲ ਆਪ ਪਹੁੰਚ ਜਾਵਾਂਗਾ। ਮਸ਼ਵਰਾ ਵੈਸੇ ਠੀਕ ਹੀ ਦੇ ਗਿਆ ਜੇ ਸਾਹਿਬ ਬਹਾਦਰ। ਵੈਸੇ ਇਮਾਨ ਨਾਲ ਸਾਡੀਆਂ ਦੌੜਾਂ ਜਦੋਂ ਵੀ ਲਵਾਈਆਂ ਨੇ ਇਹਦੇ ਭਰਾ ਕਾਲੇ ਨੇ ਲਵਾਈਆਂ। ਮੇਰਾ ਮਤਲਬ ਹੈ ਇਲਾਕੇ ਦੇ ਸਾਰੇ 10 ਨੰਬਰੀ ਆਪਣੀ ਆਪਣੀ ਹਾਜ਼ਰੀ ਲਵਾ ਗਏ ਨੇ ਤੀਫੇ ਸਮੇਤ, ਪਰ ਹਵਾਲਦਾਰ ਦਾ ਭਰਾ ਅਕਬਰ ਅਜੇ ਤੱਕ ਹਾਜ਼ਰੀ ਲਵਾਉਣ ਨਹੀਂ ਜਾਇਆ। ਮੈਂ ਵੇਖ ਲਵਾਂਗਾ ਉਸ ਅਕਬਰ ਬਦਮਾਸ਼ ਨੂੰ ਵੀ। ਕੀ ਪਤਾ ਕਿ ਅੱਲਾ ਦੇ ਹਜ਼ੂਰ ਤੁਹਾਡੀ ਇਬਾਦਤ ਕਬੂਲ ਹੋਈ ਏ ਜਾਂ ਮੇਰੀ? ਅਕਬਰ ਖਾਨ ਦੀ ਇਹ ਹਿੰਮਤ, ਉਹਨੇ ਮੇਰੇ ਭਰਾਵਾਂ ਨੂੰ ਸਰਿਆਮ ਏਡੀ ਬੇਦਰਦੀ ਨਾਲ ਮਾਰਨ ਦੀ ਜੁਰਤ ਕੀਤੀ ਏ। ਉਸ ਕਮੀਨੇ ਨੂੰ ਇਸ ਜੁਰਮ ਦੀ ਏਡੀ ਵੱਡੀ ਸਜ਼ਾ ਮਿਲੇਗੀ ਸਿਰਫ ਇੱਕ ਵਾਰੀ। ਅਕਬਰ ਖਾਨ ਦੇ ਉਸ ਹਵਾਲਦਾਰ ਭਰਾ ਨੂੰ ਮਿਲ ਲਵਾਂ ਤੇ ਫਿਰ ਕੁਝ ਕਰਾਂਗਾ। ਰੱਬ ਦਾ ਵਾਸਤਾ ਹੀ, ਮੈਨੂੰ ਮੇਰੀ ਮਾਂ ਦੀ ਹੱਜ ਦੀ ਰਕਮ ਵਾਪਸ ਕਰ। ਓਏ ਜੂਆ ਖਾਨਾ, ਇੱਥੇ ਲੋਕੀ ਭੈਣਾਂ ਦੇ ਸੂਏ ਜੋੜੇ ਤੇ ਮਾਵਾਂ ਦੇ ਕਫਨ ਆ ਜਾਂਦੇ ਨੇ, ਤੇ ਤੂੰ ਆਪਣੇ ਮਾਂ ਦੀ ਹੱਜ ਦੀ ਰਕਮ ਵਾਪਸ ਲੈਣਾ ਹੈ? ਚੱਲ ਜਾ ਆਪਣਾ ਕੰਮ ਕਰ, ਪਾਗਲ ਦਾ ਪੁੱਤਰ ਨਾ ਹੋਵੇ ਤੇ।
हम मर गया हूं गया मामा जिन्होंने तड़े जिया लंत दम के उन्होंने मुंह वेख्या होना है मैं शराफत के पंगूड़े पल के जवान होया वहां ओए रह गई गल बदमाशी दी मेरा तो बड़ा बदमाश कोई नहीं घबराई ना लाला मम्मी आ गई झूठे बदमाशो जे अज तो बाद तुहाडे तों किसी ने जुआ कराने की कोशिश की थी, ते मैं शहर दे हर चौकी तेरी लाशां टंग देंगा काला पहलवान ये तुहाडे असर सू के एक लखपति नू बना के उन लखपति बनाता जी सौ रब दी जे इलेक्शन तुसी आप लड़दे ना ते किसे भी नागे चक्के ने तुहाडे सामने नहीं सी आना ओए असी उस दी माया सिर्फ इसलिए कीती है क्योंने साडे नाल वादा कीता सी के इलाके दी कोई धी भैण बगैर दाज तो बूहे ते नहीं बैठी रहेगी सलाम पहलवान ओ किवें आया थानेदारा पहलवान जी एक निका जहा ताड़े कोल काम लेके आया अब की खिदमत करिए तेरी सरकार साहब को टेलीफोन करवा के मैनू टिब्बी थाने लवा दियो जिस भाई ते व्याख रखोगे तुहानू सब अच्छे दी आवाज आएगी अब कंजर शरीफा दी कमाई ते अख रखदे ने ते तू कंजरा दी कमाई ते अख रख लई है ऐस लई ओ थाने जाना चाहना है तन फल पहलवान जी बस एक बारी माफ कर दियो आइंदा गलती नहीं होगी साड़ी तोबा तोबा साड़ी तोबा तोबा जी तोबा तोबा ले आया सी बड़ा मैनू टिब्बी थाने लुआ दे ओए अखबार भी ठीक लिखदे ने चरसफीन ते शराब वांगू थाने भी विकदे ने ओए की गल है कादरिया तू बड़ा चुप करके बैठा है पहलवान पहलवान नहीं है मैनू अपना यार समझ के सब कुछ दस दे मालिक मकान ने अज मकान खाली कराने वास्ते मां दी बड़ी बिस्ती की थी पहलवान बड़ी बिस्ती की थी आए मेरा जीरे से परछावा पै गए शेर बन जाता है तू मेरे दिल दे नेड़े रह के भी किधर ने उठ चल मेरे नाल ओ मैनू माफ कर दे कादरिया मैनू काले माफ कर दे माफ कर दे अल्लाह कादरिया एनू ए सोच के खंजर मारी एने तेरी नहीं मेरी मां की बेहुरमती की है साडे वर्गे गिदड़ विच शेर की रूह पा दिती शेरा ए ते हुण वाजबल कतल है और मैनू माफ कर दे कादरिया और मेरी खता नू माफ कर दे और तेरी मां मेरी मां है यार मैनू माफ कर दे हयाती का सह बच गई ते अपने कदल ने परचे विच काले ना नाल आई चल कादरिया मैं ते परचा क
ਕਟਾਉਣ ਚੋਗਾ ਹੀ ਨਹੀਂ ਰਿਹਾ। ਅਕਬਰ ਖਾਨ, ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਇਸ ਘਰ ਵਿੱਚ ਤੇਰੀ ਦੁਲਹਨ ਲੈ ਹੀ ਆਵਾਂ। ਭਾਬੀ, ਜਦ ਤੱਕ ਮੈਂ ਆਪਣੀ ਭੈਣ ਦੀ ਸ਼ਾਦੀ ਕਰਕੇ ਟੁਰ ਨਾ ਲਾਂ, ਮੈਂ ਸ਼ਾਦੀ ਨਹੀਂ ਕਰਾਂਗਾ। ਅਕਬਰ ਖਾਨ, ਤੂੰ ਇਹ ਦੱਸ ਕੇ ਆਪਣੀ ਹਰਕਤਾਂ ਤੋਂ ਬਾਜ਼ ਆਏਗਾ ਜਾਂ ਨਹੀਂ? ਕੀ ਹੋਇਆ ਸਰਤਾਜ? ਇਹ ਪੁੱਛ ਕੇ ਕੀ ਨਹੀਂ ਹੋਇਆ? ਤੇਰੇ ਇਸ ਲਾਲੇ ਦੇਵਰ ਨੇ ਖਾਨ ਬਹਾਦਰ ਦੇ ਪੁੱਤਰ ਦੇ ਹੱਥ ਚੁੱਕੇ ਹੈ, ਨਾਲੇ ਉਹਨਾਂ ਨੂੰ ਬੇਇੱਜ਼ਤ ਕੀਤਾ ਹੈ। ਅਸੀਂ ਪਿਓ ਦੀ ਸਾਲਗਿਰਾ ਮਨਾਈਏ, ਫਰਕ ਸਿਰਫ ਇੰਨਾ ਹੈ ਕਿ ਤੂੰ ਕੁਰਾਨ ਸ਼ਰੀਫ ਦੇ ਖਤਮ ਤੇ, ਮੈਂ ਇੱਕ ਬੇਗੁਨਾਹ ਲੜਕੀ ਦੀ ਇੱਜ਼ਤ ਬਚਾ ਕੇ ਮਨਾਈਏ। ਹਾਂ ਹਾਂ, ਇਹਦੇ ਇਲਾਵਾ ਤੂੰ ਹੋਰ ਕਰ ਕੀ ਸਕਣਾ? ਬਸ ਕਰੋ, ਛੱਡੋ ਇਹਨਾਂ ਗੱਲਾਂ ਨੂੰ। ਕਿਸ ਤਰ੍ਹਾਂ ਛੱਡ ਦਿਆਂ? ਅੱਜ ਦੀ ਵਜ੍ਹਾ ਤੋਂ ਮੇਰੇ ਅਫਸਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋਈ ਹੈ, ਦੇਸ਼ ਵਰਗੀ ਦੀ ਤੋਹੀਨ ਹੋਈ ਹੈ। ਤੁਹਾਡੇ ਕਾਨੂੰਨ ਨੇ ਸਾਨੂੰ ਕੀ ਦਿੱਤਾ ਲਾਲਾ? ਯਾਦ ਹੋਆ ਜਦੋਂ ਸਾਡੇ ਇੰਸਪੈਕਟਰ ਪਿਓ ਨੂੰ ਤਕਰੀਬਕਾਰਾਂ ਨੇ ਪੈਦਲ ਦੇ ਨਾਲ ਫੜਿਆ ਸੀ ਤੇ ਫੇਰ ਉਹਨੂੰ ਜਾਨੋਂ ਮਾਰ ਦਿੱਤਾ? ਇਹੋ ਸਲੂਕ ਕੀਤਾ ਸੀ ਨਾ ਸਾਡੇ ਇੰਸਪੈਕਟਰ ਪਿਓ ਦੇ ਨਾਲ? ਯਾਦ ਇਹੋ ਵਰਦੀ ਤੇ ਕਾਨੂੰਨ ਉਸ ਵੇਲੇ ਮੇਰੇ ਪਿਓ ਦੇ ਕਾਤਲਾਂ ਨੂੰ ਸਜ਼ਾ ਨਹੀਂ ਦਵਾ ਸਕਿਆ, ਤੇ ਅੱਜ ਮੈਂ ਆਪਣੇ ਆਪ ਨੂੰ ਤੁਹਾਡੇ ਕਾਨੂੰਨ ਦੇ ਹਵਾਲੇ ਕਿਉਂ ਕਰਾਂ? ਅਗਰ ਮੈਨੂੰ ਨਾ ਲੋਕਾਂ ਦਾ ਪਤਾ ਲੱਗ ਜਾਂਦਾ ਤੇ ਮੈਂ ਉਹਨੂੰ ਕਦੋਂ ਨਾ ਮਾਰ ਦਿੰਦਾ। ਹਾਂ ਹਾਂ, ਇਹਦੇ ਸਿਵਾ ਤੈਨੂੰ ਆਉਂਦਾ ਹੀ ਕੀ ਹੈ? ਮੈਂ ਤੇ ਹਮੇਸ਼ਾ ਹੱਕ ਲਈ ਹੱਥ ਚੁੱਕਿਆ ਹੈ। ਤੂੰ ਖਾਨ ਬਹਾਦਰ ਦੇ ਪੁੱਤਰ ਕੋਲ ਮਾਫੀ ਮੰਗੇਗਾ ਜਾਂ ਕਾਨੂੰਨ ਨੂੰ ਗ੍ਰਿਫਤਾਰੀ ਦੇਗਾ? ਮੈਂ ਗ੍ਰਿਫਤਾਰੀ ਤੇ ਦੇ ਸਕਦਾ ਪਰ ਸਿਰ ਨਹੀਂ ਚੁਕਾ ਸਕਦਾ। ਨਗੀਨਾ ਬਾਈ, ਜੀ ਆਇਆਂ ਨੂੰ, ਜੀ ਆਇਆਂ ਨੂੰ। ਮੈਂ ਸੋਚਿਆ ਕਿ ਤੁਹਾਨੂੰ ਬਣਨ ਦੀ ਮੁਬਾਰਕਬਾਦ ਦੇ ਆਵਾਂ। ਮੁਬਾਰਕਬਾਦ ਵਿੱਚ ਵਸੂਲ ਕਰਾਂਗਾ, ਪਹਿਲੇ ਮੈਂ ਤੇਰੇ ਨਾਲ ਤੇਰੀ ਭੈਣ ਦੀ ਮੌਤ ਦਾ ਅਫਸੋਸ ਤੇ ਕਰ ਲਵਾਂ। ਪਹਿਲਾ ਕਾਤਿਲ ਵੇਖਿਆ ਹੈ ਜਿਹੜਾ ਮਕਤੂਲ ਦੇ ਵਾਰਸ ਨਾਲ ਅਫਸੋਸ ਵੀ ਕਰਦਾ ਹੈ। ਪਸੀਨਾ ਸਾਫ ਕਰ ਲੋ ਸਾਹਿਬ, ਮੇਰੀ ਭੈਣ ਨੇ ਤੇਰੀ ਮੁਹੱਬਤ ਦਾ ਯਕੀਨ ਕਰਕੇ ਆਪਣਾ ਸਭ ਕੁਝ ਤੇਰੇ ਨਾਲ ਲਾ ਦਿੱਤਾ, ਪਰ ਤੂੰ ਸਭ ਤੋਂ ਪਹਿਲੇ ਉਹਨੂੰ ਸਿਰਫ ਇਸ ਲਈ ਮਰਵਾ ਦਿੱਤਾ ਕਿ ਤੇਰਾ ਤੇ ਉਹਦਾ ਨਾਂ ਕਿਸੇ ਅਖਬਾਰ ਦੀ ਸੁਰਖੀ ਨਾ ਬਣ ਜਾਏ। ਆਪਣੀ ਔਕਾਤ ਤੇ ਮੇਰੀ ਹੈਸੀਅਤ ਵੇਖ ਕੇ ਗੱਲ ਕਰ। ਇਲਾਕੇ ਦੇ ਤਾਣੇ ਵੀ ਜਾ ਕੇ ਮੇਰੇ ਖਿਲਾਫ ਪਰਚਾ ਕਰਾ ਦੇ। ਪਰਚੇ ਲਈ ਤੇ ਬੜੀ ਦੌਲਤ ਹੈ ਸਾਹਿਬ, ਪਰ ਮੈਂ ਉਹਦੇ ਨਾਲ ਕਿਸੇ ਕਾਲੀ ਵਰਦੀ ਵਾਲੇ ਦਾ ਇਮਾਨ ਨਹੀਂ ਖਰੀਦਣਾ ਚਾਹੁੰਦੀ। ਕਿਉਂ ਨਾ ਕਿਰਾਏ ਦਾ ਕਾਤਿਲ ਤੇ ਬਦਮਾਸ਼ ਖਰੀਦ ਲਵਾਂ ਜਿਹਦੇ ਮੋਢਿਆਂ ਨੂੰ ਤੂੰ ਪੌੜੀ ਬਣਾ ਕੇ ਇਸ ਕੁਰਸੀ ਤੱਕ ਪਹੁੰਚਿਆ। ਅੱਛਾ, ਤੂੰ ਸ਼ਾਇਦ ਉਸ ਕਾਲੇ ਬਦਮਾਸ਼ ਦਾ ਜ਼ਿਕਰ ਕਰ ਰਹੀ ਹੈ ਜਿਹਨੂੰ ਮੇਰਾ ਇੱਕੋ ਹੀ ਟੈਲੀਫੋਨ ਹਮੇਸ਼ਾ ਲਈ ਜੇਲ੍ਹ ਦੀ ਕਾਲ ਕੋਟਲੀ ਵਿੱਚ ਸੁੱਟ ਦੇਗਾ। ਇਹ ਕੀ ਕਹਿ ਰਹੀ ਹੈ ਨਗੀਨਾ ਬਾਈ? ਬਦਮਾਸ਼ ਤਮਾਸ਼ ਪਿੰਨ ਬਣ ਕੇ ਕੰਜਰੀ ਦੇ ਕੋਠੇ ਤੇ ਆ ਸਕਦਾ ਹੈ ਤੇ ਕੰਜਰੀ ਖਰੀਦਦਾਰ ਬਣ ਕੇ ਬਦਮਾਸ਼ ਦੇ ਢੇਰੇ ਤੇ ਕਿਉਂ ਨਹੀਂ ਆ ਸਕਦੇ? ਖਰੀਦਦਾਰ? ਹਾਂ ਖਰੀਦਦਾਰ, ਕੰਜਰੀ ਤੇ ਸ਼ਾਇਦ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਕੇ ਨਾ ਵਿਕਣ ਦਾ ਫੈਸਲਾ ਕਰ ਲਵੇ, ਪਰ ਬਦਮਾਸ਼ ਦਾ ਤੇ ਦੀਨ ਮਜ਼ਹਬੀ ਮਾਨ ਹੈ, ਪੈਸਾ ਹੈ ਪੈਸਾ। ਨਗੀਨਾ ਬਾਈ, ਮੇਰੀ ਇਹ ਦੌਲਤ ਕੱਟੇ ਤੇ ਫਿਰ ਇਸ ਦੌਲਤ ਦੇ ਨਾਲ ਨਾਲ ਮੈਂ ਮਰਦ ਲਈ ਇਸ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਨਗੀਨਾ, ਮੈਂ ਅੱਜ ਇਸ ਨਗੀਨਾ ਨੂੰ ਤਾਗੀ ਕਰਕੇ ਇਸ ਨਗੀਨਾ ਬਾਈ ਦੇ ਦਿਲ ਤੇ ਲੱਗਿਆ ਹੋਇਆ ਤਾਕ ਮਿਟਾ ਦੇ ਜਿਹੜਾ ਇੱਕ ਵਸੀਤ ਨੇ ਮੇਰੀ ਭੈਣ ਦਾ ਖੂਨ ਕਰਕੇ ਮੇਰੇ ਦਿਲ ਤੇ ਲਾਇਆ ਹੈ। ਤੇਰੀ ਭੈਣ ਦਾ ਖੂਨ ਤੇ ਕਾਤਲ ਇੱਕ ਵਜ਼ੀਰ? ਹਾਂ, ਉਹ ਹੀ ਵਜ਼ੀਰ ਜਿਹਦੀ ਦੌਲਤ ਦੀ ਲਾਲਚ ਚਾ ਕੇ
तुम अपनी दहशत की पौड़ी चढ़ा के उन्होंने वसारत की कुर्सी ते पाया है। बस कर नगीना, बस कर। जे एक फरिश्ता शैतान निकला है तो फिर मैं उधर नहीं, यौ मैं हिसाब बन जाऊंगा। आई जी साहब, ओ बदमाश मेरे इलाके एक अजाब बन गया। ओदे कोलो ना किसी गरीब की इज्जत महफूज है ते ना किसी अमीर की दौड़त। ओदा नाम काला है। तू? ओए मैं ते तैनू फरिश्ता समझिया थी पर तू इंसान भी नहीं निकलिया। कालिया, मैंने माफ कर दे कालिया। मैं ते आई जी साहब नाल मत। ओए जो तू नहीं कह सकिया मैं आ भी सुन लिया। तू अपनी ताकत के नशे विच जिस दोस्त का कतल किया है ओदे खून का हिसाब इस जहान च मैनू अगले जहान च रब नू देवेगा। चलो कादरिया, काले ने अपने सिर ते पिया होया एक कंजनी दे मेरे दा पाल ला दिता। जिस कतल का परचा मेरे छोटे भरा के खिलाफ चला लगा है और मेरे जिगर का टुकड़ा ही ते तीफा अपने भरा के कतल चुम के अपने सीने लाई कातल कबर की बुकल लुका के तैनू दस दिता है। ना ही असी बदमाश हां ते ना ही तमाशबीन। तेरे ते यकीन आ गया है, हुन मेरे ते यकीन करना है ते इस सीने की तलाशी लेके देख ले। तो है ते औरत इनू इस सदी का सब तो वड्डा कोई मौजदा समझा। मेरी तकदीर का सब तो वड्डा मौजदा ते उथों होवेगा जदों जदों तू तू अपने प्यार दी हथ कड़ी नू अजे सांभ के रख। शहर च का कतल होया है, अखबारों दिया मशीना ते पुलसा दिया खोपड़िया ने पहिए घूम गए होंगे। पहिए पहिए ते अज साडे दिल दे घूम गए ने।
ਜਣ ਲੈ ਕੇ ਮੇਰੇ ਘਰ ਦੇ ਬੂਹੇ ਤੇ ਕੀ ਲੈਣਾ ਆ ਥਾਣੇਦਾਰਾ? ਤੇਰੇ ਗਲ ਚ ਫੁੱਲਾਂ ਦੇ ਹਾਰ ਤੇ ਆਪਣੇ ਪੂਰੇ ਅਮਲੇ ਸਮੇਤ ਤੈਨੂੰ ਮੁਬਾਰਕਬਾਦ ਦੇਣ ਆਇਆ ਤੇ ਤੇਰੇ ਸ਼ੇਰ ਪੁੱਤਰ ਨੇ ਇੱਕ ਵਜ਼ੀਰ ਦੇ ਸੀਨੇ ਚ ਗੋਲੀਆਂ ਭਰ ਕੇ ਆਪਣੇ ਸੀਨੇ ਤੇ ਕਤਲ ਦਾ ਤਮਗਾ ਸਜਾਇਆ ਹੈ। ਕਤਲ ਤੇ ਇੱਕ ਵਜ਼ੀਰ ਦਾ ਕਿ ਉਹ ਵੀ ਮੇਰੇ ਪੁੱਤਰ ਕਾਲੇ ਨੇ ਖਾ ਦਿੱਤਾ? ਪੁੱਤਰ ਨੇ ਇੱਕ ਮਾਂ ਦੇ ਦੁੱਧ ਦੀ ਤਸੀਰ ਦਾ ਹੱਕ ਅਦਾ ਕੀਤਾ। ਬਾਹਰ ਕੱਢ ਪੁੱਤਰ ਨੂੰ। ਪੁੱਤਰ ਘਰ ਚ ਹੁੰਦਾ ਤੇ ਮਾਂ ਤੋਂ ਪਹਿਲੇ ਬੂਹਾ ਖੋਲ ਕੇ ਨਹੀਂ ਟੱਪ ਕੇ ਬਾਹਰ ਆ ਜਾਂਦਾ ਤੇ ਰਿਹਾ ਸਵਾਲ ਮਾਂ ਦੇ ਦੁੱਧ ਦੀ ਤਸੀਰ ਦਾ, ਇਸ ਮਾਂ ਦਾ ਦਿਲ ਗਵਾਹੀ ਦਿੰਦਾ ਹੈ ਕਿ ਮੇਰੇ ਪੁੱਤਰ ਦੇ ਹੱਥੋਂ ਕੋਈ ਸ਼ੈਤਾਨ ਮਰਿਆ ਹੋਣਾ ਹੈ, ਇਨਸਾਨ ਨਹੀਂ। ਜੇ ਕਾਨੂੰਨ ਮਾਂ ਦੀਆਂ ਗਵਾਹੀਆਂ ਤੇ ਯਕੀਨ ਕਰ ਲੈਂਦਾ ਤੇ ਇਸ ਜੱਗ ਦੇ ਸਾਰੇ ਕਾਤਲ ਬਰੀ ਹੋ ਜਾਂਦੇ। ਅੱਗੇ ਲੱਗ ਕੇ ਟੁਰ ਪਾਓ। ਜੇ ਪੁੱਤਰ ਨੂੰ ਮਾਂ ਨਾਲ ਜ਼ਰਾ ਵੀ ਪਿਆਰ ਹੋਇਆ ਤੇ ਆਪ ਹੀ ਥਾਣੇ ਪਹੁੰਚ ਜਾਏਗਾ। ਓ ਥਾਣੇਦਾਰਾ, ਜ਼ੁਬਾਨ ਨੂੰ ਸਰੇਸ ਲਾਏ। ਇੱਕ ਭਰਾ ਦੇ ਹੁੰਦਿਆਂ ਕਾਨੂੰਨ ਉਹਦੀ ਭੈਣ ਨੂੰ ਥਾਣੇ ਚ ਲੈ ਜਾਏ, ਇਹ ਗੈਰਤ ਦੀ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ। ਤੇ ਫਿਰ ਤੈਨੂੰ ਕਾਨੂੰਨ ਦਾ ਪਹਿਲਾ ਕਾਇਦਾ ਪੜਾ ਦੇਈਏ। ਪੜ ਲਾ ਇਹਨੂੰ। ਪੀਰਾ, ਮਰਿਆ ਨਹੀਂ, ਚਾਰ ਘੜੀਆਂ ਲਈ ਡਾਮ ਲਾਇਆ ਸੁ। ਚੱਲ ਖੜੇ। ਓ ਥਾਣੇਦਾਰਾ, ਓ ਤੂੰ ਮੇਰੀ ਮਰਦ ਦੀ ਬੇਹੁਰਮਤੀ ਕੀਤੀ ਏ, ਤੇਰਾ ਕਤਲ ਮੇਰੇ ਤੇ ਵਾਜਬ ਹੋ ਗਈ। ਮੈਂ ਤੇਰਾ ਖੂਨ ਪੀ ਜਾਗਾ। ਓ ਤੂੰ ਮੇਰੀ ਮਾਂ ਦੀ ਬੇਅਦਬੀ ਕੀਤੀ ਏ, ਛੱਡ ਦਿਆ ਮੈਨੂੰ। ਲੈ ਚਲੋ ਹੁਣ ਇਸ ਪਸਤਾ ਬੇ ਦੇ ਬਦਮਾਸ਼ ਤੀਫੇ ਨੂੰ। ਇਹਦੇ ਪ੍ਰਾਂਤ ਮੈਂ ਇੱਕ ਮੁਅੱਜ਼ਜ਼ ਵਜ਼ੀਰ ਦੇ ਕਤਲ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਹੀ ਲਾਂਗਾ। ਇੱਕ ਦੇ ਕਤਲ ਦਾ ਪਰਚਾ ਕੀ? ਅੱਜ ਇਸ ਸ਼ਹਿਰ ਵਿੱਚ ਹੋਣ ਵਾਲੇ ਸਾਰੇ ਕਤਲ ਤੀਫੇ ਦੇ ਪਾ ਦੇ, ਪਰ ਮੇਰੇ ਖਿਲਾਫ ਪਹਿਲਾ ਪਰਚਾ ਉਸ ਵਜ਼ੀਰ ਦੇ ਕਤਲ ਦਾ ਕੱਟ। ਤੀਫੇ ਪੁੱਤਰ ਤੂੰ? ਹਾਂ ਮਾਂ, ਉਸ ਵਜ਼ੀਰ ਦਾ ਕਤਲ ਕਾਲੇ ਨੇ ਨਹੀਂ, ਮੈਂ ਕੀਤੇ। ਤੂੰ ਇਕਬਾਲ ਜੁਰਮ ਕਰ ਰਹੇ ਆ ਤੀਫੇ, ਗ੍ਰਿਫਤਾਰ ਕਰ ਲੈ ਇਹਨੂੰ। ਓਏ ਆਪਣੇ ਕੰਨਾਂ ਚੱਕਲ ਦਾ ਦਾਰੂ ਪਾ ਥਾਣੇਦਾਰਾ। ਉਸ ਅਯਾਸ਼ ਤੇ ਬਦਕਮਾਸ਼ ਵਜ਼ੀਰ ਦਾ ਖੂਨ ਮੇਰੀ ਹਯਾਤੀ ਦੇ ਕਤਲ ਦੀ ਪਹਿਲੀ ਬੋਲੀ ਏ। ਮੇਰੇ ਸਿਰ ਤੇ ਸਜਾ ਵਾਲੇ ਕਤਲ ਦਾ ਸਿਰਾ, ਆਪਣੇ ਸਿਰ ਤੇ ਨਾ ਸਜਾ। ਸਾਰੀ ਹਯਾਤੀ ਥਾਣੇ ਚ ਆ ਗਈਆਂ ਮੇਰੀਆਂ ਲੱਗਣ ਤੇ ਮੇਰੇ ਹੱਥ ਦਾ ਕਤਲ ਤੂੰ ਖੋ ਕੇ ਲੈ ਜਾ, ਇਹ ਕਿਵੇਂ ਹੋ ਸਕਦਾ? ਹੱਥ ਕੜੀ ਲਾ ਥਾਣੇ ਤਾਰਾ, ਇਹਨੂੰ ਬਚਪਨ ਤੋਂ ਹੀ ਮੇਰੇ ਹੱਥੋਂ ਪੱਕੀ ਪਕਾਈ ਖੋਣ ਦਾ ਬੜਾ ਚਾਅ ਸੀ। ਹੱਥ ਕੜੀ ਲਾ ਲਓ ਇਹਨੂੰ। ਤੀਫੇ, ਇਹ ਕੀ ਕੀਤਾ ਤੀਫਿਆ, ਇਹ ਕੀ ਕੀਤਾ? ਮਾਂ ਤੂੰ ਆਪ ਹੀ ਤੇ ਕਿਹਾ ਸੀ ਕਿ ਮਾਂ ਦੀ ਮਮਤਾ ਜ਼ਿੰਦਾ ਵੇਖਣ ਲਈ ਤੇਰੇ ਕੋਲੋਂ ਭਰਾ ਲਈ ਹਾਜ਼ਰੀ ਨਹੀਂ ਲਵਾਈ ਜਾਂਦੀ। ਅਸੀਂ ਤੇ ਅੱਜ ਲੱਖਾਂ ਹਾਜ਼ਰੀਆਂ ਵਰਗੀ ਇੱਕੋ ਹੀ ਹਾਜ਼ਰੀ ਲਵਾ ਚੱਲੇ ਹਾਂ। ਘਬਰਾਈ ਨਾ ਮਾਂ, ਹੌਸਲਾ ਰੱਖੀ, ਚੱਲ ਥਾਣੇ ਦਾ ਰਾਹ। ਮਾਫ ਕਰੀਓ ਪੁੱਤਰਾ, ਅੱਜ ਮੈਂ ਕਾਨੂੰਨ ਕੋਲੋਂ ਤੇਰਾ ਹੱਕ ਖੋ ਕੇ ਲੈ ਚੱਲਿਆ। ਮਾਮਾ, ਮਾਮਾ, ਓਏ ਜੰਮਦਿਆਂ ਮਾਮੇ ਨੇ ਤੈਨੂੰ ਆਪਣੀ ਗੁੜਤੀ ਦਿੱਤੀ ਹੁੰਦੀ ਤੇ ਅੱਜ ਇੱਕ ਅੱਧੀ ਲਹੂ ਦੀ ਮੱਛ ਦਾ ਛਿਣਕਾਅ ਤੂੰ ਵੀ ਕੀਤਾ ਹੁੰਦਾ। ਸਾ ਰੱਬ ਦੀ, ਸਾਰੀ ਪੁਲਿਸ ਹੀ ਮਾਰ ਤੇਰੀ ਸੀ ਮਾਮਾ, ਪਰ ਇਹ ਸੋਚ ਕੇ ਹੱਥ ਡੱਕ ਲਿਆ ਮੇਰੇ ਜਿਸ ਕਤਲ ਦਾ ਭਾਰ
लाला तीफा अपने सिर ते चुक के लह गया। जे उदे विच हुण सदा हो गई ते मैं अगले जहान रब नूं की मुंह बहावांगा। मैं ते तेरे क्यांटे सबर कर लवांगा, पर ओ चार बदमाश जेड़े थाने च बंद ने, कदी भी सबर नहीं करनगे, क्योंकि मैं उन्हें तेरे दुश्मन दी मौत दा सदा कर चुकिया वा। ਇਹਦੀ ਹੱਥਕੜੀ ਖੋਲ ਕੇ ਇਹਨੂੰ ਇਹਦੇ ਵਾਰਸਾਂ ਨਾਲ ਮਿਲਾ ਦਿਓ। ਥਾਣੇ ਦਾ ਬੂਹਾ ਬੰਦ ਰੱਖਣਾ, ਇਹ ਮੁਲਾਕਾਤ ਮੈਂ ਆਪਣੇ ਸਾਹਮਣੇ ਕਰਾਵਾਂਗਾ। ਉਹ ਥਾਣੇਦਾਰਾ, ਉਹ ਤੀਫੇ ਦੇ ਕਿਹੜੇ ਨਵੇਂ ਵਾਰਸ ਜੰਪੇ ਨੇ ਜਿਹੜੇ ਤੀਫੇ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਉਹਦੀ ਮੁਲਾਕਾਤ ਲਈ ਅੱਪੜ ਗਏ ਨੇ? ਤੂੰ ਸ਼ਾਇਦ ਉਹਨਾਂ ਦੇ ਚਿਹਰੇ ਨਹੀਂ ਪਛਾਣਦਾ, ਪਰ ਉਹਨਾਂ ਨੇ ਤੇਰੀ ਮੁਲਾਕਾਤ ਲਈ ਬੜੀ ਜ਼ਿੱਦ ਕੀਤੀ ਸੀ। अच्छा, ते तू ए तू 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 तीफा गुजर? ओहो ए तीफा गुजर मैं, पर लगता है शहर च तू कोई परदेसी है। ए हम बे 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 आबे हुई बे आबे बे बे आबे आ जा ता आ जा बे बे जा जा बे आई जो अब आए या वाह 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 अभी क्या कर दे अभी के ओ बाजी ए बाजी ए बाजी आज छंड के आ गजरा आज साडा गुंगा प्रा हक कहंदा है असी तेरी शारक ते छुरी फेरन लई तेरे हाथों कत्ल होन वाले वजीर दे बादशाह करो अब पूरी बुरी नोटा भी वसूल की दिया असी हुण तैनू लड़ाई छंड के गल सुना गुजरा असी नोटा की खातिर अपने प्यो दे सिर दा प्याला फाड़ लिता सी हुण तेरी कबर ऐसे जेल च बढ़ावांगे तीफिया ताकि तेनू जेल जान दा पैंडा ना कटना पड़े। पहला इस कुंगे वाला ते कोट पर तीफिया क्या जी ओ आ गए जी। इंस्पेक्टर ए मैं की देख रहा हूं, थाने जा कोई अखाड़ा ओ तू भी इस थानेदार नाल कुर्सी ढा के पहले चिट्टी जो तीफे ने थाने नू कब्रस्तान बनाया ਉਦੋਂ ਫੀਤਾ ਤੇਰੇ ਕੋਲੋਂ ਹੀ ਕਟਾ ਲਾਂਗਾ। ਇੰਸਪੈਕਟਰ ਜ਼ਾਹਿਦ। ਯੈਸ ਸਰ। ਲੈ ਜਾ ਇਹਨਾਂ ਤਿੰਨਾਂ ਨੂੰ ਆਪਣੇ ਥਾਣੇ ਵਿੱਚ। ਇੰਸਪੈਕਟਰ, ਕਾਨੂੰਨ ਦੇ ਘਰ ਵਿੱਚ ਜਿਹੜਾ ਬਦਮਾਸ਼ਾਂ ਦਾ ਮੈਦਾਨ ਲਾ ਕੇ ਤੂੰ ਵੇਖ ਰਿਹਾ ਸੈਂ, ਉਹਦੀ ਇਨਕੁਆਇਰੀ ਮੈਂ ਆਪ ਕਰਾਂਗਾ।
याद रखियो थाने तला तू तीफे दे सिर दे मुलिच पाई वाली पाई सी ते तीफे ने किसे मुल तो बगैर तेरी शारक ते मुंह रख के तेरा सारा लू पी जाने तीफे ने हिफाजत दल जेल ले जाओ मेरे पिंडे ते मैनू तेरे पैती चुम्मी दा कोई स्वाद नहीं आया जदू तेरे पिंडे तू होली होली पलस्तर उखड़ेगा तेरिया हड्डियां दे कुंगरू भी तेज तेज छनकणगे ओ जेलर कट ते अनाड़ी तमाश पीन ज्यादा लगे तेरी टिक टिकी ते जेल दा लाला तीफा बचे तेरियों ते नोटा दी सलामी ते एना पैता दी सलामी नाल ते मेरी तोर भी किली नहीं होनी एनी ऐसी तकावर दूर करो जे देखे रोटी भी रखिए ते आदम बो करदा फिरे साहब तेरे एक मुलाजम नो तंदल पै गई है मेरी मन तै तपले हाथ विच फल है साडे अपने लहू दा झनका कर लईए साडे हवालात च बब्बर शेर तीफा गुज्जर आया ई मैनू बब्बर शेर कहना लिया तू आप भी कोई जख्मी शेर लगने ओ तेरे नाल यारी दी पहल ते असी करनी सी पर तू पास वंगू एक कोई उडारी मार के साढ़े दिल ते जख्मा दी तह तक पहुंच गए ओ जे यार के आई ते फेर गुजर यार नु दस के इत्थे किवें आया आया नहीं लिया गया वा बेगैरता नु अपनी गैरत दे वेले च रख के उलादार कढ़न दा बड़ा शौक सी ऐसे ले एक दिन मैं सलाम करना वा वफादार इस जिन्हें दौलत नु ठुकरा के ऐस पाक से जमीन मुहब्बत की थी ते साडे वर्गे शरीफ आदमी नाल दुश्मनी अच्छा ओ तू है जरा मुल्क दे टुकड़े करना चाहता है मैं तेनु हवालात बंद कर दियांगा आज जिन्हें साडे नाल दुश्मनी की थी समझ ले ओदी इस दुनिया तो छुट्टी तू आज कच्ची नींद जगा देता है एक ही बेगैरता दे कलम न लिखी हुई कहानी सुना दीती हूं जैसा तेरे एक एक जख्म नो
ਸੋਨਲ ਤਰਫ ਤੇ ਕਿਤੇ ਇੰਤਕਾਮ ਨਾ ਲਿਤਾ ਤੇ ਸਾਨੂੰ ਗੁਜਰੀ ਮਾਂ ਦਾ ਪੁੱਤਰ ਨਾ ਕੀ ਅੱਜ ਕੱਲੀ ਬਿੱਲਾ ਪਹਿਲਵਾਨ ਪੀਜ਼ਾ ਦੁੱਧ ਦਾ ਵਲਟੋਇਆ ਤੂੰ ਫਿਕਰ ਨਾ ਕਰ ਇੱਕੋ ਢੀਕ ਚ ਪੀ ਜਾਗਾ ਆ ਕੇ ਆਪਣਾ ਦੁੱਧ ਦਾ ਵਲਟੋਇਆ ਲੈ ਜਾ ਜਿਸ ਤੈਨੂੰ ਵੀ ਲਿਜਾਣਾ ਹੋਵੇ ਤੇ ਫਿਰ ਰੰਗ ਦਿਆ ਚਿੱਟਿਆ ਤੇ ਦਿਲ ਦਿਆ ਕਾਲਿਆ ਤੈਨੂੰ ਨੀ ਪਤਾ ਮੈਂ ਤੀਫੇ ਦੀ ਮੰਗ ਆ ਉਹ ਤੀਫੇ ਦਾ ਨਾਂ ਸੁਣ ਸੁਣ ਕੇ ਸਾਡੇ ਕੰਨਾਂ ਦੇ ਪਰਦੇ ਪਾੜ ਗਏ ਨੇ ਬੋਲੀਏ ਉਹ ਮੇਰਾ ਖਿਆਲ ਹੈ ਜੇਲ੍ਹ ਚ ਮਰਕਬ ਗਿਆ ਹੋਵੇਗਾ ਜੇਲੋ ਬਾਹਰ ਆ ਵੀ ਗਿਆ ਇਹਦੀ ਇੱਜ਼ਤ ਦੀ ਕਬਰ ਤੇ ਫਾਤਿਆ ਪੜੇਗਾ ਵੇ ਫਾਤਿਆ ਤੇ ਦੂਰ ਦੀ ਗੱਲ ਏ ਅੱਜ ਤੇਰੇ ਨਾਲ ਖਲੋਤਾ ਤੇਰਾ ਏ ਚਮਚਾ ਕਲਮਾ ਸ਼ਹਾਦਤ ਜ਼ਰੂਰ ਪੜੇਗਾ ਬਗੈਰ ਤੋਂ ਹੱਥ ਵੀ ਪਾਇਆ ਜੇ ਤੇ ਮੇਰੀ ਹੋਣ ਵਾਲੀ ਪਰਜਾਈ ਨੂੰ ਚਾਹ ਭੋਲੀਏ ਲਾਲਾ ਤੀਫਾ ਉਡਾਰੀ ਮਾਰ ਕੇ ਜੇਲੋ ਬਾਹਰ ਆ ਰਹੀ ਆਰਡਰ 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 ਹਾਲਾਤ ਔਰ ਵਾਕਿਆਤ ਕੀ ਰੋਸ਼ਨੀ ਮੈਂ ਅਦਾਲਤ ਇਸ ਨਤੀਜੇ ਪਰ ਪਹੁੰਚੀ ਹੈ ਕਿ ਮੁਹੰਮਦ ਲਤੀਫ ਔਰ ਇਸਤੀਫਾ ਬੇਗੁਨਾਹ ਹੈ ਇਸ ਲਈ ਅਦਾਲਤ ਇਸੇ ਬਰੀ ਕਰਤੀ ਹੈ ਦੁਨੀਆ ਤੋਂ ਕੀ ਡਰਨਾ ਕਰਦੇ
जे तू गुआवा नू अपने बयान दे चक्कर च ना पांदा ते अज साडा भरा फरी होके बाहर ना आंदा। असी तेरे हुक्म दी तमीर कर दिती है काला पहलवान, पर ए राज हुन राजी रवे। तू साडी मां दे दिल दा चानन वापस ले है, असी तेरा भूला किवें सोच सकने हां। ते हुन अगला काम भी याद रखी, साडे भरा दे यार अकबर नू भी बड़ी छेती बाहर आना चाहिदा है। हुक्म दी तमीर होएगी काला पहलवान। अच्छा हुन मैं चल लवां, रब रखा। और अपना खा मेरी गल मन लेंदा ते खान बहादुर दे पुत्रां नाल सुलह कर लेंदा ते अज ए दिन वेखना ना पैंदा। मैं खान बहादुर ते उहदे पुत्रां नूं जिंदा नहीं छड्डांगा, नहीं छड्डांगा लाला, नहीं छड्डांगा। तू समझदा क्यों नहीं, मारेंगे उहनां नूं ते आप फांसी ते चले जाएगा। इस तों पहले अपनी भैण भाभी ते मैनूं भी गोली मार दे ताकि तेरा कलेजा ठंडा हो जाए। लाला भरा भी कहना है ते भरा दी गल भी नहीं मनना, छड़ दे दुश्मनी ते कानून दी वर्दी पा लै, कानून दी वर्दी पा लै। ए सिर्फ मेरी नहीं तेरी भैन ते भाभी दी नहीं, साडी मां दी भी ख्वाहिश सी कि तैनूं कानून दी वर्दी च वेखे। तू अगर कानून दी वर्दी पा लई ते साढ़े मां बाप दी रूह खुश हो जाएगी, खुश हो जाएगी। ठीक है लाला, जे ते सारे की यह ख्वाहिश है तो मैं ते सारे की ख्वाहिश ली पुलिस की वर्दी पा लागा। या अल्लाह तेरा लख लख शुक्र है। तू पूछ ले सेठा, असी जानने कि तीफे गुजर ने तेरा वो जुड़वा पुरा कतल कर दिता, जेड़ा वजीर कट ते नोटा की मशीन ज्यादा सी। मलंगी इतिहासा तेन नोटा की पूरी पौड़ी दिती है। कल हम नोटा की नहीं थाने साढ़े हथों बचन तो बाद तीफे का कतल साड़ी आपू का मसला बन गया। ਕੂੰਗਾ ਸਾਨੂੰ ਕਿਹਾ ਗਿਆ ਅਸੀਂ ਕਿਸੇ ਨੂੰ ਸ਼ਕਲ ਵਿਖਾਉਣ ਦੇ ਕਾਬਲ ਨਹੀਂ ਹੈ। ਤੂੰ ਵੀ ਸਾਨੂੰ ਖੁੱਡਾ ਖੰਜਰ ਨਾ ਸਮਝੀ ਸੇਟਾ। ਹੋ ਤੀਫਾ ਗੁੱਜਰ ਘੋੜੀ ਦੀ ਥਾਂ ਗੋਲੀਆਂ ਦੀ ਛੱਤ ਤੇ ਬਹਿ ਕੇ ਸੇਰਾ ਬੰਨੇਗਾ, ਆ ਮੇਰੇ ਨਾਲ। ਮੇਰਾ ਖਿਆਲ ਹੈ ਕਿ ਆਉਣ ਵਾਲੇ ਇਲੈਕਸ਼ਨ ਦੀ ਤਿਆਰੀ ਕਰ ਹੀ ਲਵਾਂ ਤੇ ਤੀਫੇ ਦਾ ਸਿਰ
आप ही किसी कंजरी के गुंडों वांगो टूट के मेरे पैर च आ जाएगा। असा तो जाना पोनी दे घर, सानू हुण कोई नहीं किसे दा डर। मेरे नल आओ शोर मचाओ, मेरे नल आओ शोर मचाओ, मेरे नल आओ शोर मचाओ, करो हंगामा तुम दे लाओ, मेरे नल आओ शोर मचाओ, शोर मचाओ। असा से जाना कोली दे घर, सानू हुण कोई नहीं किसे दा डर। असा से जाना कोली दे घर, सानू हुण कोई नहीं किसे दा डर। ज्यादा बोली ना दोल जवानी सच गल बयानी खुशियां मनाओ मुंडे वीर चढ़िया कौड़ी ते बजिया ने शहनाइया भाभी ने घर आना ते सजनिया ने तनहाइया कन विच तन लुक जाना इशक ने मिलना ते प्यार की होनी बरसात रब ने सारे काम ही सोने कर दिते ने पता नहीं क्यों
मेरे कलेजे नूं खिच पई पैंदी है। पता ते करा तीफा हाली तक क्यों नहीं आया? ओ मां सत्ते ही खैरा ने, लाला तीफा अपने मुर्शद दे दरबार ते सलाम करन गया, आंदा ही होवेगा। दिन खुशियां दा त्यार वाली रात खामा दी लंबी रात। दस साल तीफा कितने वे? अज असी उन्हें तेरी लाश समेत अपने मोढ़े दे मंजे ते पा के ले जाइए छंड के। अपनिया जबाना नु भी इस गुंगे की तरह गुंगिया कर लो, नहीं तो परजाई भोली के दाग किधरे ताड़िया लाशा भी नल जानिया पैन। सिर्फ दो जमके आसमान दी हिक नु हाथ ना ला, और साड़ी मां ते चार जमके भी साडे पिओ अगे हमेशा शर्मिंदा रहंदी सी। अब भी फिर ते सी लब नहीं लागे लाला, पहले इस जंज कर लू कब्रस्तान ते बना लिए छंड के। भोलिए तेरे दिमाग की उल्टी सुई किस दिन सीधी चलेगी? और मेरा तो दिल करता मैं तेन पागल खाने च दाखिल करा दिया। आप करा देना टिफिन भी नाल ही करा दे, असि उठी निकाह पढ़ा लेंगे। हटके मुद्दन हटके मुद्दन हटके। ओ कमलिए भोलिए ओ एना ते सोच, ओ तीफे दा भरा ते उहदा मामा मर गया है, उहदी मां तीफे वांगू जख्मी है, और उहदा ते बेचारे दा सब कुछ ही उजड़ गया। तू फिक्र ना कर अब्बा, मेरियां दुआवां तीफे तो दी मां दे नाल ने,
किन्ने ओदे सिर ते सेरे सजाने ने। या अल्लाह मैं ही मर गया। या मौला तीफे नू लंबी हयाती देवी। जे उनू कुछ हो गया ते गुजरा दे ऐस खानदान विच वैर दा निंदरा पाण वाला कोई नहीं रहेगा। हुण तू टीका लगवा ले। मैं हुण ठीक हां डॉक्टर। हुण तेरे पुत्र दे फट पड़ गए नी मां। हुण मैं केर दिए हो जी हनेरी चलावांगा। दुश्मनां नू धरती दी सत्तवीं तह विचों वी कढ के बाहर सुट दियांगा। ਚਾਲਿਆ ਜਿਨੋਂ ਲਾਉ ਦਾ ਗੁਸਲ ਦਿੱਤਾ ਸੀ ਉਹ ਮੁਰਦਾ ਕਫਨ ਪਾੜ ਕੇ ਬਾਹਰ ਆ ਗਿਆ। ਉਹ ਕਫਨ ਪਾੜ ਕੇ ਨਹੀਂ ਲੱਗਦਾ ਕਬਰ ਪਾੜ ਕੇ ਬਾਹਰ ਆ ਗਿਆ। ਬਾ ਓਏ ਸਾਡਾ ਤੇ ਵਪਾਰੀ ਕਤਲਾਂਦਾ ਜਿਸ ਗਾਹਕ ਨੂੰ ਤੀਜੇ ਸੌਦਾ ਨਾ ਦੇ ਸਕਣ ਉਸ ਗਾਹਕ ਨੂੰ ਚਾਚਾ ਭੁਗਤਾਏਗਾ। ਉਹ ਕਤਲੋ ਦਿਓ ਵਪਾਰੀਓ। ਇੱਕ ਵੇਰ ਦੀ ਹੱਟੀ ਤੁਸੀਂ ਮੈਨੂੰ ਵੀ ਖੋਲ ਕੇ ਦਿੱਤੀ ਹੈ। अस्तीफा कुचल ओ काकी तुहाडे कतला तो शुरू करेगा। ओए जीते गलो अपने भरा ते ताडे पियो दे कतल दा इंतकाम लैन लई ओनू मौत दा ओ जा गाना बनांगा। ओदी लाश ते तमाला पूरा शहर बेचेगा। की गल है बड़िया भैड़िया तकड़िया ने साड़िया जान बचाण लई ना सोए पर ना याद रखी साडिया गोलियां कोलो तेज नहीं ना सकेगा। भरावा जे मैं अपने पैरां दी मिट्टी छड़ के नस गया ने मेरी मैयत नूं कंगा भी नहीं देना। ओए मुड़की बैसा तकरारा दो हरफी गल ए सा तेरा सिर लाणा। अफजल झूठ बोल के मेरी खाना पूरी ना कर। तेनू तो पता ही नहीं तेरे च मेरी जान फिर दी है। लाला मैं तेरी सौ खा के कहना वा जेड़े मफरूर तेरी मौत का सुपना लेके आए सन उन्होंने मैं आप खल किया है नाले कानून के हवाले कर दिता है। जे वो कानून को बच के आ भी गए तो असि कानून का पार होना करने लिए उन्होंने आप झटका कर देंगे। लाला एक साड़ी भी मानना। वो यार तू बड़ा नलायक आदमी यो ही कहेंगा ना लाला ब्याह कर लै। लाला तेरी तो रेशम जड़ी खुश हो गई। और तू जरूर मैं चार छह बाल का प्यो बनाना है। चल फिर कर लेंगे ब्याह जिवें तू कहना। सोमा खपे सोमा नींद ना बे जानी। सच्चे सोमा खपे सोमा
ਲਈ ਇਸ ਜਨਾਜ਼ੇ ਨੂੰ ਦਫਨਾ ਲਿਆ ਜਾਏ। ਮਕਤੂਲ ਦੇ ਭਤੀਜੇ ਇਹਦੀ ਮਾਤਾ ਇਹੋ ਜਿਹਾ ਬਦਲਾ ਲੈਣਗੇ ਕਿ ਗੁੱਜਰ ਆਪਣੇ ਬਾਲਾਂ ਨੂੰ ਬਖਸ਼ਿਸ਼ ਪਾ ਕੇ ਜਵਾਨ ਕਰਨਗੇ। ਅਸੀਂ ਹੋ ਗਏ ਮੁਸਲਮਾਨੋ, ਓਏ ਤੁਹਾਨੂੰ ਕੀ ਹੋ ਗਿਆ ਹੈ? ਓਏ ਕੁਝ ਖੁਦਾ ਦਾ ਖਾਫ ਖਾਓ। ਓਏ ਦੀਵਾ ਗੁਜਰੀ ਹੈ, ਕੋਈ ਮਲਕਤ ਮੌਤ ਤੇ ਨਹੀਂ। ਓਏ ਮੁਸਲਮਾਨ, ਇੱਕ ਮੁਸਲਮਾਨ ਦੇ ਜਨਾਜ਼ੇ ਨੂੰ ਨਵਾਰੇ ਛੱਡ ਕੇ ਦੱਸ ਗਏ ਨੇ। ਓਏ ਕੁਝ ਖੁਦਾ ਦਾ ਖਾਫ ਕਰੋ ਯਾਰ। ਫਿਰ ਕੀ ਹੋਇਆ ਮੌਲਵੀ ਸਾਹਿਬ? ਮਰਨ ਵਾਲਾ ਭਾਵੇਂ ਸ਼ੈਤਾਨ ਸੀ ਪਰ ਕਲਮਾ ਗੋ ਤੇ ਆਇਆ ਸੀ ਨਾ। ਮੈਂ ਵੀ ਮੁਸਲਮਾਨ ਦੀ ਹੈਸੀਅਤ ਨਾਲ ਇਹਦੇ ਜਨਾਜ਼ੇ ਨੂੰ ਆਪ ਦਫਨ ਕਰਾਂਗਾ। ਆਓ ਚੁੱਕੋ ਕਲਮਾ ਏ ਸ਼ਹਾਦਤ। ਠੀਕ ਹੈ, ਅਕਬਰਿਆ ਤੂੰ? ਹਾਂ ਮੈਂ, ਕੱਲ ਦਾ ਹਵਾਲਾਤੀ ਅੱਜ ਦਾ ਇੰਸਪੈਕਟਰ ਆਪਣੀ ਗ੍ਰਿਫਤਾਰੀ ਦੇ ਦਿੱਤੀ। ਫਿਆ ਅਕਬਰ, ਅੱਜ ਤੂੰ ਸਾਡਾ ਯਾਰ ਹੋ ਕੇ ਯਾਰ ਮਾਰ ਹੋ ਸਕਣਾ ਪਰ ਗੁਜਰ ਦੇ ਲੋ ਚ ਕੋਈ ਇਹੋ ਜਿਹਾ ਲੜਾ ਨਹੀਂ ਹੂੰ। ਇਹਨੂੰ ਮਾਰਨਾ ਗੁਜਰ ਦਾ ਪੈਰ ਸੀ, ਇਹਨੂੰ ਤਪੜਾਣਾ ਗੁਜਰ ਦਾ ਸਵਾ ਪੀ। ਅੱਜ ਨੂੰ ਤੂੰ ਮੇਰੇ ਕੋਲੋਂ ਨਹੀਂ ਖੋ ਸਕਦਾ। ਲਾਵਾਰਿਸ ਨਹੀਂ, ਮੇਰਾ ਭਰਾ ਤੇ ਮੇਰੇ ਇਹਨਾਂ ਸ਼ੇਰ ਪੁੱਤਰਾਂ ਦਾ ਚਾਚਾ ਸੀ। ਤੇ ਅੱਜ ਅਸੀਂ ਤੇਰੀ ਲਾਸ਼ ਨੂੰ ਇਹਦੇ ਪੈਰਾਂ 'ਚ ਦਫਨਾਵਾਂਗੇ। ਹੋਸ਼ ਕਰੋ, ਮੈਂ ਜਨਾਜ਼ੇ ਦੀ ਬੇਹੁਰਮਤੀ ਬਰਦਾਸ਼ਤ ਨਹੀਂ ਕਰ ਸਕਦਾ। ਤੂੰ ਇਹਨੂੰ ਦਫਨਾ ਦਿਫਿਆ, ਕਾਨੂੰਨ ਇਹਨਾਂ ਮਫਰੂਰਾਂ ਤੇ ਪਾਗਲ ਕੁੱਤਿਆਂ ਨੂੰ ਕੁਚਲਾ ਆਪ ਪਾਏਗਾ। ਕਲਮਾ ਸ਼ਹਾਦਤ, ਕਲਮਾ ਸ਼ਹਾਦਤ, ਕਲਮਾ ਸ਼ਹਾਦਤ, ਕਲਮਾ ਸ਼ਹਾਦਤ। ਤੇ ਸਾਡੇ ਨਾਲ ਹੀ ਪੜੀ ਸੂ ਪਰ ਅੱਗੋਂ ਦਾ ਹਾਲ ਅੱਲਾ ਹੀ ਜਾਣਦਾ। ਓ ਯੂ ਫੂਲ, ਤੁਸੀਂ ਸਾਰੇ ਖਬਰਦਾਰ ਰਹੋ ਉਹਨਾਂ ਸਰਮਾਦਾਰਾਂ ਕੋਲੋਂ ਜਿਹੜੇ ਸਰਮਾਦਾਰ ਉੱਥੇ ਕੁਰਸੀਆਂ ਤੇ ਬੈਠੇ ਨੇ। ਭਾਈਓ ਭਰਾਓ, ਯਕੀਨ ਕਰਨਾ ਕਿ ਮੈਂ ਗਰੀਬ ਦੇ ਨਾਲ ਜ਼ਿਆਦੀ ਨਹੀਂ ਕਰਨ ਦਿਆਂਗਾ, ਕੌਮ ਦੇ ਨਾਲ ਕਦੀ ਧੋਖਾ ਨਹੀਂ ਕਰਾਂਗਾ। ਮੈਂ ਗਰੀਬ ਆਦਮੀ ਦਾ ਦੋਸਤ ਤੇ ਗਰੀਬ ਆਦਮੀ ਦਾ ਸਾਥੀਆ ਔਰ ਜ਼ਾਲਿਮ ਦਾ ਦੁਸ਼ਮਣ। ਮੈਂ ਤੁਹਾਡੇ ਲਈ ਸਕੂਲ ਖੋਲਾਂਗਾ।
की रौला पाया। इंस्पेक्टर साहब मैनू बचा लो, जिस काले ने मेरे भरा का खून किया सी ओदा भरा तीफा मेरे पीछे मौत बढ़ के आ रही है, मैनू बचा लो इंस्पेक्टर साहब। ओ मौत बढ़ के जुर्म नु कुछड़ी च पाला लिया, ऐसे थाले जमीन की तेज भी लुक जाता, मेरे इंतकाम में उतों भी कट लिया थी। दिखे ए थाना है, इतने ला कानूनियत की इंतहा न कर और ही तेरी जज मैं करांगा। दिखे दिखे डर तेरा पा लाइए नहीं है। और सौ सुनार दी एक लोहार दी तुसी सुनना होना है, आज चपड़ी अखी वेख लो। अपनी अपनी बंदूक जो गोलियां खाली कर दियो ताकि इस पूरे इलाके में पता लग जाए कि मैं ते मेरे बहादुर सिपाहियों ने एना मफरूरा नू पुलिस मुकाबले खाया है। कोई लगता कि तेरे पुलिस मुकाबला हो रहा है। थोड़ी देर पहले मैं भी जीत मफरूर लाऊंगे देखे सन। चलो भाई एना लाशा नू चुप के गड्डी च पाओ, गाड़ियां ते अंधेरियां तरक्कियां पक्कियां। वेख पुत्र दुश्मनी ने कतलां दी जिस पटरी ते तेनू चाड़ दिता है, मैं चाहवां भी ते तेनू उतों वापस नहीं लिया सकती, पर मां दी ख्वाहिश है पुत्र दुश्मन ने जेड़े तेरे सिरे मिट्टी विच रोल दिते सन ओ एक वारी मां नू फिर अपने सिर ते बन के विखा। ऐ ते सोच मां के सानू अपने दी मौत ने डारों विछड़ी हुई कूंज वांगू कलियां कर दिते, हुण ते ना कोई साडा घर है ते ना टिकाणा। हां ते तेरा की मतलब है, कातल ते मफरूर सारी हयाती कुंवारी रहिंदे ने, ब्याह तो बाद भी ते बंदे कोलो कतल हो जांदे ने, तू ब्याह तो बाद जिन्ने मर्जी कतल कर ले। तेनू अज तक दुख दिया दस एक नहीं लगा पोलिए, साड़ी मफरूरी दा पैंडा बड़ा लम्मा हो जाना, ते तेरिया खच साड़ी उड़ीक दी ताकत नहीं रहनी। बंदी हो जानगी ना अखा ते नाले मरण तो बाद किदियां अखा खुलिया रह जांदियां ने। मेरी कली कली थी दे पागलपन अगे हथियार सुट देती फिया, इहदा मरना जीना हुण सिर्फ तेरे नाल है, ते नाले गैरतमंदां दियां धीआं एक बारी जिदे ना दा सूआ जोड़ा पा लैण फिर उसे ले कफन पांदियां ने। ओ कमाल कीती हो बा, हयाती च पहली बारी चंगा लगा, नहीं तो सारी जिंदगी बोंगिया ही मारदा रहा। लै फिर भैणा मैं जाके ते मौलवी नू लै आना वा, इस तो पहले के तीफे दा कोई नवा ही सफर शुरू हो जावे। ठीक है वीरा तू मौलवी लैके आ। किहो जी लग रही है? हाय किन्नी सोहनी कड़ी होवेगी जदों मेरा लाड़ा घूम चुक के कहेगा सलाम अलैकुम सोहणियो। ते कलेजे च बर्फ दा ब्लाक विच जाएगा, हर पासे ठंडी ठंड पै जाएगी। Oh, my God.
ਬੇਇੱਜ਼ਤ ਕੀਤਾ ਸੀ ਨਾ
बुरा क्या सी मैनू हुण बोल ਸ਼ਰਦਾ ਮੈਦਾਨ ਅਸੀਂ ਲਾਵਾਂਗੇ ਦੋ ਹਜ਼ਾਰ ਵਿੱਚ ਬੜੇ ਪੁਲਿਸ ਮੁਕਾਬਲੇ ਸੁਣੇ ਹੋਣਗੇ ਪਰ ਪਹਿਲਾ ਪੁਲਿਸ ਮੁਕਾਬਲਾ ਹੋਵੇਗਾ ਜਿਹਦੇ ਚ ਕਾਨੂੰਨ ਤੇ ਕਾਨੂੰਨ ਦੇ ਮੁਜਰਮ ਤੈਨੂੰ ਰਲ ਕੇ ਮਾਰਨਗੇ तेरी यारी वर्दी कुर्बान कर दी है त्योहार में हर उस पुलिस वाले का भी निशान मिटा दिया गा जरा इस मुल्क के काम का गद्दार है ਮੈਨੂੰ ਪਹਿਲੇ ਪਤਾ ਸੀ ਤੂੰ ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਹੀ ਜੇਲ੍ਹ ਜਾ ਸਕਣਾ ਓ ਰੱਬ ਦਾ ਵਾਸਤੇ ਹੀ ਓਏ ਓ ਤੂੰ ਤੇ ਲਸੂੜੇ ਦੀ ਗਿੱਟ ਵਾਂਗੂ ਚੰਬੜੀ ਗਈ ਏ ਓ ਮੈਨੂੰ ਦੱਸ ਦੇ ਤੂੰ ਚਾਹਨੀ ਕੀ ਏ ਕਿਆ ਅੱਛਾ ਫਿਰ ਠੀਕ ਏ ਜਾ ਜਾ ਕੇ ਫਿਰ ਮੌਲਵੀ ਨੂੰ ਲੈ ਕੇ ਆ ਹੇ ਸੱਚ ਮੌਲਵੀ ਸਾਹਿਬ ਜਜ਼ਾਕ ਅੱਲਾ ਸੁਭਾਨ ਅੱਲਾ काकी आया आया मैं आया आया ओ मौली साहब आज कम बन गया जजाक अल्लाह सुभान अल्लाह बिस्मिल्लाह लवी सिक्का राजू लोग सिक्के सुक्के नु छड़ो दो बारी असी कबूल कबूल कह देता है हुन तुसी तीजी बारी कबूल कहो किधर मैं फेर ना रह जावा अच्छा लो फिर कहो तीसरी बारी कहो कि तुसी एक दूसरे नु कबूल हो कबूल है तू भी तो को कबूले और कबूले डर गया ओ मौली साहब ओ खुदा दा वास्ता जी ओ विचार पे लगे सो तुसी ओए ओए मैं बिल्कुल आजाद हो गया पूरे महीने बाद घर जा रहा ते हुन दस में फन्ने खान ਕਿ
ਤੂੰ ਤੁਝੇ ਪਿਆ ਤਾ ਸਜਣਾ ਸੁਣਨੀ ਐ ਮੈਥੋਂ ਭੁੱਲੀ ਤੇਰੀ ਹੋ ਗਈ ਦੇ ਬੈਠ ਦਿਲ ਤੈਨੂੰ ਹੋਸ਼ ਖੋ ਗਈ ਪਿਆਰ ਦੀ ਚੋਰੀ ਖਾ ਸਜਣਾ ਠੰਡ ਸੀਨੇ ਵਿੱਚ ਪਾ ਸਜਣਾ ਮਾਹੀ ਵਾਂਗੂ ਮੇਰੇ ਨਾਲ ਘੁੱਟ ਘੁੱਟ ਜਖੀਆ ਤਾ ਸਜਣਾ ਸੁਣਨੀ ਐ ਮੈਥੋਂ ਭੁੱਲੀ ਤੇਰੀ ਹੋ ਗਈ ਦੇ ਬੈਠ ਦਿਲ ਤੈਨੂੰ ਹੋਸ਼ ਖੋ ਗਈ ਜਿਫੇ ਦਾ ਭਰਾ ਕਾਲਾ ਆ ਰਿਹਾ ਕਾਲਾ ਜਿਹਾ ਜਿਸ ਕਾਲੇ ਨੂੰ ਮੈਂ ਲਾਲਾ ਲਾਲ ਨੰਗ ਕਰ ਦਿੱਤਾ ਤੇ ਫਿਰ ਸਮਝ ਨਹੀਂ
ਤੇ ਮੇਰੀ ਮਾਂ ਨੇ ਮੈਨੂੰ ਜੰਮਿਆ ਹੀ ਨਹੀਂ। ਬੱਕਰੀ ਓਏ ਮੈਨੂੰ ਵੇਖ ਕੇ ਲਲਕਾਰਾ ਕਿਉਂ ਮਾਰਿਆ ਈ? ਕਾਲੀ ਓਏ ਤੇਰੀ ਮੌਤ ਦਾ ਐਲਾਨ ਕੀਤਾ। ਜ਼ਿੰਦਗੀ ਮੌਤ ਸੋਹਣੇ ਰੱਬ ਦੇ ਹੱਥ ਵਿੱਚ ਓਏ। ਯਾਦ ਕਰੋ ਓਏ, ਤੁਸੀਂ ਮੈਨੂੰ ਪਹਿਲੇ ਵੀ ਮਾਰ ਕੇ ਸੁੱਟ ਗਏ ਸੋ, ਪਰ ਮੈਂ ਜ਼ਿੰਦਾ ਸਲਾਮਤ ਤੁਹਾਡੇ ਸਾਹਮਣੇ ਖਲੋਤਾ ਹਾਂ। ਤੂੰ ਬਚ ਗਿਆ ਸੈ, ਪਰ ਅੱਜ ਤੈਨੂੰ ਸਾਡੇ ਇੱਥੋਂ ਕੋਈ ਨਹੀਂ ਬਚਾਏਗਾ। ਤੀਹਾ ਗੁਜਰ ਆ ਗਿਆ ਜੇ। ਅਫਜ਼ਲ ਚੰਗਾ ਹੋ ਗਿਆ ਲਾਲਾ ਤੂੰ ਆ ਗਿਆ, ਮੈਂ ਤੇ ਲੋਕਾਂ ਨੇ ਕਹਿਣਾ ਸੀ ਤੇ ਭਰਾ ਨੂੰ ਵੈਰੀਆਂ ਨੇ ਵਾਰਸ ਕਰਕੇ ਮਾਰ ਦਿੱਤਾ। ਅਫਜ਼ਲ ਓਏ ਇੰਸਪੈਕਟਰ, ਜ਼ਰਾ ਅਲੱਗ ਹੋ ਕੇ ਮੇਰੀ ਗੱਲ ਸੁਣ। ਇੱਧਰ ਆ। ਸਿਆਣੇ ਕਹਿ ਗਏ ਨੇ ਕਿ ਬਿਮਾਰੀ ਤੇ ਮੁਕੱਦਮਾ ਇਹ ਬੰਦੇ ਦੀ ਜਦ ਪੁਸ਼ ਮੁਕਾ ਦਿੰਦੇ ਨੇ, ਇਸ ਲਈ ਸਾਨੂੰ ਅੱਗੇ ਜਾਣ ਤੇ ਮਜਬੂਰ ਨਾ ਕਰ, ਸਾਡੇ ਨਾਲ ਇੱਥੇ ਹੀ ਮੁੱਕ ਮੁਕਾ ਕਰ ਲੈ। ਠੀਕ ਕਹਿੰਦਾ ਇੰਸਪੈਕਟਰ, ਅਸੀਂ ਤੈਨੂੰ ਇੰਨੀ ਕੁ ਕਰੰਸੀ ਦੇ ਦਿਆਂਗੇ ਛੰਡ ਕੇ ਕਿ ਤੂੰ ਆਪਣੇ ਲਈ ਪੱਕਾ ਹੀ ਮਕਬਰਾ ਬਣਾ ਲਈ। ਓਏ ਤੁਸੀਂ ਮੈਨੂੰ ਰਿਸ਼ਵਤ ਖੋਰ ਸਮਝਦੇ ਹੋ? ਠੀਕ ਹੈ ਇਕੱਠਾ ਜੋ ਸਾਡਾ ਭਰਾ ਮਾਰ ਗਿਆ ਹੈ, ਸਾਡੀਆਂ ਕੜੀਆਂ ਖੋਲ ਦੇ। ਟੀਫੇ ਔਰ ਟੀਫੇ ਦਾ ਪਿੱਛਾ ਕਰੀਏ, ਆਓ ਮੇਰੇ ਨਾਲ। ਔਰ ਕਿਹੜਾ ਥਾਣੇਦਾਰ ਲੈ ਗਿਆ? ਲਾਲਾ ਸਣੇ ਗਲੀ ਨਿਕਲ ਚੱਲੀਏ। ਤੀਫੇ ਦਾ ਪਿੱਛਾ ਕਰਦਾ ਆ ਰਿਹਾ ਸਾਂ, ਉਹ ਕਿੱਥੇ ਵੇ? ਉਹਨੂੰ ਮੈਂ ਇੰਨੀਆਂ ਗੋਲੀਆਂ ਮਾਰ ਦਿੱਤੀਆਂ ਨੇ ਕਿ ਹੁਣ ਉਹਦੇ ਘਰ ਉਹਦੀ ਲਾਸ਼ ਹੀ ਪਹੁੰਚੇਗੀ। ਵੈਲ ਡਨ ਵੈਲ ਡਨ। ਓਏ ਬੇਲਕ ਤੂੰ ਉਸੀ ਮੇਰੇ ਤੀਫੇ ਨੂੰ ਫਾੜ ਚੱਕ ਚੁੜਾਏ ਤੇ ਤੀਫੇ ਦਾ ਪਰਚਾ ਵਾ ਤੁਹਾਡੇ ਲਈ ਦੋ ਹਫ਼ਤੇ ਤਲਾ ਦੇ ਖੋਲ ਦੇਗਾ। ਮਦਾਨੀ ਫੇਰ ਦਿੱਤੀ ਹੈ ਸਾਡੇ ਕੱਚੜ ਦੁਸ਼ਮਣ ਨੂੰ,
पुलिस ने मार दिता है और दुश्मन त्यासा अपने हथी मार के कबर दफन करना सी। मैनू लगता साढ़े वैरी गुजर साढ़े प्यो ने पुलिस के हथों मरा दिता आ गया बाबा मारते असी अपने प्यो भी देंगे जेड़ा साढ़े आन तो पहले ही डेरा छड़ के नस गया है पर पहले अपनी जीदारी की तारीख वेखण लई ओ शेर गुजर दे जनादे नू कंधा दे जरूर जावांगे। कि मरण वाले का फातिया दफनान तो बाद ही पढ़िया जाता है पर असी इस जगह च एक नवी रसम पाण लई एदा फातिया दफनान तो पहले ही पढ़ांगे। हाथ चुको ठहर जा गुंगिया टकरे होंदिया अपनी अखां तेरी हिक्के च किवें बजदे ने गोलियां वांगू गोलियां वांगू मुर्दा फीती फीती होके भी बोल रहा है ओ त्रिपुरा एक टॉय दफन कर दिया गया।
बाबा जी बने पानिया दुश्मनिया डरना मत करो जी